ਅੱਜ ਕੋਟਕਪੂਰਾ ਦੇ ਲੋਕਾਂ ਨੇ ਵੱਖ-ਵੱਖ ਥਾਵਾਂ ਤੇ ਰਾਸ਼ਟਰੀ ਝੰਡਾ ਲਹਿਰਾ ਕੇ ਆਜ਼ਾਦੀ ਦਿਵਸ ਬੜੇ ਹੀ ਧੂਮਧਾਮ ਨਾਲ ਮਨਾਇਆ। ਕੋਟਕਪੂਰਾ ਦੇ ਬੱਤੀਆਂ ਵਾਲਾ ਚੌਂਕ ਦੇ ਕੋਲ ਸ਼ਹਿਰ ਨਿਵਾਸੀਆਂ ਨੇ ਝੰਡਾ ਲਹਿਰਾ ਕੇ ਆਜ਼ਾਦੀ ਦਿਵਸ ਦੇ ਨਾਲ ਉਹਨਾਂ ਦੇ ਸ਼ਹੀਦਾਂ ਨੂੰ ਵੀ ਯਾਦ ਕੀਤਾ। ਝੰਡਾ ਲਹਿਰਾਉਣ ਦੀ ਰਸਮ ਸ਼ਹਿਰ ਦੇ ਧਰਮ ਗੁਰੂ ਸ਼੍ਰੀ ਸ਼੍ਰੀ 108 ਸਵਾਮੀ ਹਰੀਗਿਰੀ ਜੀ ਮਹਾਰਾਜ ਅਤੇ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਵਿੱਚ ਕੋਟਕਪੂਰਾ ਦੇ SDM ਹਰਜੀਤ ਸਿੰਘ ਸੰਧੂ ਅਤੇ ਨਗਰ ਕੌਂਸਲ ਕੋਟਕਪੂਰਾ ਵਿਖੇ ਪ੍ਰਧਾਨ ਮੋਹਨ ਮੱਤਾ ਨੇ ਝੰਡਾ ਲਹਿਰਾ ਕੇ ਰਸਮ ਅਦਾ ਕੀਤੀ। ਅੱਜ ਦੇਸ਼ ਨੂੰ ਆਜ਼ਾਦ ਹੋਏ ਤਕਰੀਬਨ 70 ਸਾਲ ਹੋ ਚੁੱਕੇ ਹਨ। ਸੁਤੰਤਰਤਾ ਸਾਡਾ ਜਨਮ ਸਿੱਧ ਅਧਿਕਾਰ ਹੈ ਜੋ ਪ੍ਰਤੇਕ ਪ੍ਰਾਣੀ ਨੂੰ ਪਿਆਰ ਹੁੰਦਾ ਹੈ, ਚਾਹੇ ਉਹ ਮਨੁੱਖ ਹੋਵੇ ਜਾਂ ਕੋਈ ਪਸ਼ੂ ਜੀਵ ਜੰਤੂ ਹੀ ਕਿਉਂ ਨਾ ਹੋਵੇ। ਵਿਦੇਸ਼ੀ ਰਾਜ ਚਾਹੇ ਜਿੰਨਾ ਵੀ ਚੰਗਾ ਹੋਵੇ ਪਰ ਆਪਣੇ ਦੇਸ਼ ਲਈ ਨੁਕਸਾਨਦਾਇਕ ਹੀ ਹੁੰਦਾ ਹੈ। ਇਸ ਲਈ ਅੰਗਰੇਜ਼ਾਂ ਤੋਂ ਆਜ਼ਾਦੀ ਹਾਸਲ ਕਰਨ ਲਈ ਸਾਡੇ ਅਨੇਕਾਂ ਸੂਰਬੀਰਾਂ ਨੇ ਕੁਰਬਾਨੀਆਂ ਦਿੱਤੀਆਂ। ਲਗਭਗ 200 ਸਾਲ ਅੰਗਰੇਜ਼ਾਂ ਨੇ ਸਾਡੇ ਦੇਸ਼ ਨੂੰ ਗੁਲਾਮ ਬਣਾ ਕੇ ਰੱਖਿਆ ਸੀ। ਇਸ ਗੁਲਾਮੀ ਵੱਲੋਂ ਛੁਟਕਾਰਾ ਪਾਉਣ ਲਈ ਸਾਡੇ ਸੂਰਬੀਰ ਸ਼ਹੀਦਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਸਾਨੂੰ ਆਜ਼ਾਦੀ ਦਿਲਵਾਈ ਅਤੇ ਜੋ ਸੁਪਨਾ ਉਹਨਾਂ ਨੇ ਸੰਜੋਅ ਰੱਖਿਆ ਸੀ ਉਸ ਨੂੰ ਪੂਰਾ ਕਰਨ ਲਈ ਸੂਲੀ ਉੱਤੇ ਝੂਲ ਗਏ ਅਤੇ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਤੇ ਜਿਸ ਦਾ ਨਿੱਕ ਅੱਜ ਪੂਰਾ ਭਾਰਤ ਮਾਣ ਰਿਹਾ ਹੈ। ਸੋਮੀ ਜੀ, ਕਿਆ ਕਹਿਣਾ ਚਾਹਤੇ ਹੈਂ ਆਜ ਕੇ ਇਸ ਆਜ਼ਾਦੀ ਦਿਵਸ ਪਰ? ਅੱਜ ਬਹੁਤ ਹੀ ਇਤਿਹਾਸਿਕ ਦਿਨ ਹੈ ਸਾਰੇ ਦੇਸ਼ ਵਾਸੀਆਂ ਵਾਸਤੇ। ਸਾਡਾ ਦੇਸ਼ ਅੱਜ ਦੇ ਦਿਨ ਸੁਤੰਤਰ ਹੋਇਆ ਸੀ 15 ਅਗਸਤ 1947। ਇਸ ਦੀ ਸਾਰੇ ਦੇਸ਼ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ ਔਰ ਸਾਡੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਹੋਵੇ। ਔਰ ਸਾਡੇ ਸ਼ਹਿਰ ਦੇ ਵਿੱਚ ਬਹੁਤ ਥਾਈਂ ਔਰ ਸਾਡੇ ਦੇਸ਼ ਦੇ ਵਿੱਚ ਹਰ ਕੋਨੇ ਕੋਨੇ ਦੇ ਵਿੱਚ ਇਹ ਮਨਾਇਆ ਜਾ ਰਿਹਾ ਹੈ। ਇਹ ਆਜ਼ਾਦੀ ਦਿਵਸ ਮਨਾਉਣ ਦਾ ਮਕਸਦ ਲੋਕਾਂ ਦੇ ਵਿੱਚ ਦੇਸ਼ ਦੇ ਪ੍ਰਤੀ ਪ੍ਰੇਮ ਪਿਆਰ ਵਧਾਉਣਾ ਹੈ ਤਾਂ ਕਿ ਸਾਡੀ ਆਜ਼ਾਦੀ ਜਿਹੜੀ ਹੈ ਉਹ ਹਮੇਸ਼ਾ ਵਾਸਤੇ ਉੱਤੇ ਬਰਕਰਾਰ ਰਹੇ, ਸਾਰੇ ਲੋਕ ਆਪਣੀ ਖੁਸ਼ੀ ਨਾਲ ਆਪਣੀ ਜ਼ਿੰਦਗੀ ਬਤੀਤ ਕਰਨ, ਸਾਰੇ ਲੋਕ ਮਿਲ ਜੁਲ ਕਰਕੇ ਰਹਿਣ, ਕਿਉਂਕਿ ਬੜੀ ਮੁਸ਼ਕਲ ਦੇ ਨਾਲ ਸਾਨੂੰ ਇਹ ਆਜ਼ਾਦੀ ਮਿਲੀ ਹੈ ਅਤੇ ਇਹਨੂੰ ਰੱਖਣਾ, ਬਰਕਰਾਰ ਰੱਖਣਾ ਸਾਡਾ ਬਹੁਤ ਵੱਡਾ ਫਰਜ਼ ਹੈ। ਜੈ ਹਿੰਦ। ਸਰ, ਅੱਜ 70ਵੇਂ ਆਜ਼ਾਦੀ ਦਿਹਾੜੇ 'ਤੇ ਮੈਂ ਸਾਰੇ ਕੋਟਕਪੂਰਾ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਅਤੇ ਉਮੀਦ ਕਰਦਾ ਕਿ ਜਿਹੜਾ ਸਾਲ ਆ ਸਾਡੇ ਲਈ ਖੁਸ਼ੀਆਂ ਦੇ ਖੇੜੇ ਲੈ ਕੇ। ਕੋਟਕਪੂਰਾ ਤੋਂ ਗੁਰਪ੍ਰੀਤ ਔਲਖ ਦੀ ਰਿਪੋਰਟ, ਜਗਤ ਸੇਵਕ, ਵੈਬ TV।